are watching Channel Y. Channel Y, a South Asian Canadian channel. ਬੀਤੇ ਦਿਨ ਰਾਜਪੁਰਾ ਦੇ ਪਿੰਡ ਖੇੜੀ ਗੱਡਿਆਂ ਦੇ ਇੱਕ ਪਰਿਵਾਰ ਦੇ ਦੋ ਸਕੇ ਭਰਾਵਾਂ ਦੀ ਭੇਤ ਭਰੇ ਹਾਲਾਤਾਂ ਵਿੱਚ ਗੁੰਮ ਹੋ ਜਾਂਦੇ ਨੇ ਤੇ ਪਰਿਵਾਰ ਵੱਲੋਂ ਇਸ ਦੀ ਇਤਲਾਹ ਪੁਲਿਸ ਨੂੰ ਦਿੱਤੀ ਜਾਂਦੀ ਹੈ ਪਰੰਤੂ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਪਰਿਵਾਰਿਕ ਮੈਂਬਰਾਂ ਨੇ ਕੱਲ੍ਹ ਦਾ ਚੰਡੀਗੜ੍ਹ ਬਠਿੰਡਾ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਤੇ ਇਹ ਧਰਨਾ ਦੇਰ ਰਾਤ ਤੱਕ ਵੀ ਚੱਲਦਾ ਰਿਹਾ ਪਰੰਤੂ ਇਨਸਾਫ ਨਾ ਮਿਲਣ ਦੀ ਸੂਰਤ ਦੇ ਵਿੱਚ ਅੱਜ ਵੀ ਅੱਤ ਦੀ ਗਰਮੀ ਦੇ ਬਾਵਜੂਦ ਪਰਿਵਾਰਿਕ ਮੈਂਬਰ ਧਰਨੇ 'ਤੇ ਬੈਠੇ ਨੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਉਸਦੇ ਦੋ ਲੜਕੇ ਜਸ਼ਨਦੀਪ ਤੇ ਹਸਨਦੀਪ ਬੀਤੀ ਸ਼ਾਮ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਏ ਸਨ ਪਰ ਕਾਫੀ ਦੇਰ ਤੱਕ ਵਾਪਸ ਨਹੀਂ ਪਰਤੇ ਪਰਿਵਾਰ ਵਾਲਿਆਂ ਨੇ ਇਹਨਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਫਿਰ ਸੂਚਨਾ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਡੇ ਬੱਚੇ ਕੱਲ੍ਹ 8:30 ਵਜੇ ਦੇ ਰਾਤ ਦੇ ਗੁੰਮ ਹੋਇਆ ਜੀ ਹੁਣ 24 ਘੰਟੇ ਤੋਂ ਉੱਪਰ ਟਾਈਮ ਹੋ ਗਿਆ ਆ ਨਾ ਤਾਂ ਪੁਲਿਸ ਪ੍ਰਸ਼ਾਸਨ ਕੁਛ ਕਰ ਰਿਹਾ ਸਾਨੂੰ ਹੁਣ ਤੱਕ ਕੋਈ ਕਲੂ ਨਹੀਂ ਮਿਲਿਆ ਹੈਗਾ ਕੁਛ ਨਹੀਂ ਮਿਲਿਆ ਹੈਗਾ ਅਤੇ ਇਸ ਕਰਕੇ ਇਹ ਸਾਰੇ ਪਿੰਡ ਵਾਲੇ ਅਤੇ ਅਸੀਂ ਵੀ ਇੱਥੇ ਰੋਡ ਜਾਮ ਕੀਤਾ ਹੋਇਆ ਤਾਂ ਕਿ ਇਹ ਸਾਨੂੰ ਕੁਛ ਕਰਨ ਇਹ ਵਾਰ ਵਾਰ ਸਾਨੂੰ ਇਹ ਦਿਲਾਸਾ ਦਿੰਦੇ ਆ ਕਿ ਸਾਡੇ ਸਾਰੇ ਪੁਲਿਸ ਮੁਲਾਜ਼ਮ ਇੱਥੇ ਲੱਗੇ ਆ ਸਾਰੇ ਇੱਥੇ ਲੱਗੇ ਆ ਅਗਰ ਆਪਾਂ ਦੇਖਿਆ ਜਾਏ ਤਾਂ ਪੰਜਾਬ ਦੇ ਵਿੱਚ ਕੁੱਲੇ ਇਹ ਤਾਂ ਪੁਲਿਸ ਹੈ ਨਹੀਂ ਵੀ 100 ਬੰਦਾ ਹੀ ਪੁਲਿਸ ਦਾ ਆ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਬਹੁਤ ਜ਼ਿਆਦਾ ਬੰਦੇ ਕਾਰਵਾਈ ਹੋ ਸਕਦੀ ਹੈ ਪਰ ਇਹ ਕੁਛ ਵੀ ਸਾਨੂੰ ਹੁਣ ਤੱਕ ਕਲੀਅਰ ਨਹੀਂ ਮਿਲਿਆ ਸਾਡੇ 24 ਘੰਟੇ ਤੋਂ ਉੱਪਰ ਸਾਡੇ ਕਿੰਨੇ ਬੱਚੇ ਨੇ ਕੀ ਨਾਮ ਉਹਨਾਂ ਦਾ ਕਿੰਨੇ ਘੰਟੇ ਪਹਿਲਾਂ ਗੁੰਮ ਹੋਏ ਸੀ ਇੱਕ ਮੁੰਡਾ ਆ 12 ਸਾਲ ਦਾ ਆ ਉਹਦਾ ਨਾਂ ਜਸ਼ਨਦੀਪ ਸਿੰਘ ਆ ਅਤੇ ਉਹ ਤੋਂ ਛੋਟਾ ਆ 7-8 ਸਾਲ ਦਾ ਆ ਉਹਦਾ ਨਾਂ ਹਰਸ਼ਨਦੀਪ ਸਿੰਘ ਆ 8:30 ਵਜੇ ਕੱਲ੍ਹ ਇਹ ਠੰਡਾ ਲੈਣ ਵਾਸਤੇ ਆਏ ਸੀਗੇ ਦੁਕਾਨ ਦੇ ਵਿੱਚ ਅਤੇ ਉਹ ਤੋਂ ਬਾਅਦ ਇਹਨਾਂ ਦਾ ਕੁਛ ਵੀ ਨਹੀਂ ਪਤਾ ਹੈਗਾ 8:30 ਵਜੇ ਤੋਂ ਬਾਅਦ 24 ਘੰਟੇ ਤੋਂ ਉੱਪਰ ਹੋ ਗਿਆ ਸਾਨੂੰ ਕੋਈ ਕਲੂ ਨਹੀਂ ਮਿਲਿਆ ਪੁਲਿਸ ਵੱਲੋਂ ਕੋਈ ਕਲੂ ਨਹੀਂ ਮਿਲਿਆ ਕਿਸੇ ਨੇ ਕੋਈ ਫੋਨ ਨਹੀਂ ਸਾਨੂੰ ਅੱਜ ਤੱਕ ਕੀਤਾ ਹੈਗਾ ਅਤੇ ਕੋਈ ਸਾਡੇ ਹੱਥ ਨਹੀਂ ਲੱਗਿਆ ਹੈਗਾ ਕੋਈ ਸ਼ੱਕ ਹੈ ਤੁਸੀਂ ਕੋਈ ਪੁਲਿਸ ਨੇ ਕੀ ਕੰਪਲੇਂਟ ਕੀਤੀ ਹੈ ਕਿਸੇ ਸ਼ੱਕ ਹੋ ਗਿਆ ਕੀ ਕੰਪਲੇਂਟ ਸਾਡਾ ਕਿਸੇ ਤੇ ਕੋਈ ਸ਼ੱਕ ਨਹੀਂ ਹੈਗਾ ਜੀ ਪਿੰਡ ਦੇ ਸਰਚ ਕਰ ਲਈ ਆ ਪੁਲਿਸਾਂ ਨੇ ਆਪਣੀ ਤਸੱਲੀ ਕਰ ਲਈ ਆ ਪਿੰਡ 'ਚੋਂ ਵੀ ਕੁਛ ਨਹੀਂ ਲੱਭਿਆ ਹੈਗਾ ਸਾਡੇ ਨਾਲ ਕਿਸੇ ਦੀ ਲਾਗ ਡਾਟ ਹੈ ਨਹੀਂ ਹੈ ਇੱਦਾਂ ਦੀ ਅਤੇ ਨਾ ਹੀ ਕਿਸੇ ਨਾਲ ਸਾਡਾ ਕੋਈ ਵੈਰ ਆ ਸਾਨੂੰ ਕਿਸੇ 'ਤੇ ਇੱਦਾਂ ਦਾ ਸ਼ੱਕ ਹੈ ਨਹੀਂ ਤਾਂ ਅਸੀਂ ਪੁਲਿਸ ਵਾਲਿਆਂ ਨੂੰ ਕੁਛ ਮਤਲਬ ਕਿ ਇੰਨਾ ਕਹਿ ਨਹੀਂ ਸਕਦੇ ਹੈਗੇ ਵੀ ਇਹਨਾਂ ਦੀ ਕੀ ਨਾਕਾਮੀ ਹੈ ਜਾਂ ਕੁਛ ਵੀ ਆ ਪਰ ਸਾਨੂੰ ਤਾਂ ਮਤਲਬ ਕਿ ਕਲੂ ਚਾਹੀਦਾ ਆ ਸਾਨੂੰ ਸਬੂਤ ਚਾਹੀਦਾ ਆ ਸਾਨੂੰ ਸੁਰਾਗ ਚਾਹੀਦਾ ਆ ਸਾਡੇ ਬੱਚੇ ਸਾਨੂੰ ਮਿਲਣ ਵਾਪਸ ਬਸ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਹੈਗਾ ਸਾਨੂੰ ਇਹਨਾਂ ਨੇ ਸਵੇਰੇ ਟਾਈਮ ਦਿੱਤਾ ਸੀਗਾ ਜੀ 4 ਵਜੇ ਦਾ ਵੀ 4 ਵਜੇ ਤੱਕ ਤੁਸੀਂ ਧਰਨਾ ਨਹੀਂ ਲਾਉਣਾ 4 ਵਜੇ ਤੋਂ ਬਾਅਦ ਅਸੀਂ 4 ਵਜੇ ਤੱਕ ਅਸੀਂ ਲੱਭ ਦਾਂਗੇ ਪਰ 4 ਵਜੇ ਤੋਂ ਬਾਅਦ ਫਿਰ ਸਾਨੂੰ ਕੋਈ ਸੁਰਾਖ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਉਹ ਤੋਂ ਬਾਅਦ ਫਿਰ ਇਹਨਾਂ ਨੇ ਧਰਨਾ ਫਿਰ ਦੁਬਾਰਾ ਸ਼ੁਰੂ ਕੀਤਾ ਹੁਣ ਤੁਹਾਡੇ ਕਿਸੇ ਉੱਚ ਅਧਿਕਾਰੀ ਨਾਲ ਗੱਲ ਹੋਈ ਹੈ ਉੱਚ ਅਧਿਕਾਰੀ ਨਾਲ DC ਸਾਹਿਬ ਨਾਲ ਗੱਲ ਹੋਈ ਹੈ DI ਆਏ ਸੀਗੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਸਾਡੀ ਪੂਰੀ ਕੋਸ਼ਿਸ਼ ਆ ਅਸੀਂ ਕਰ ਰਹੇ ਹਾਂ ਕਾਰਵਾਈ ਅਸੀਂ ਕਰ ਰਹੇ ਹਾਂ ਅਤੇ ਬਾਕੀ ਦੇਖਦੇ ਹਾਂ ਹੁਣ ਕਦੋਂ ਤੁਹਾਡਾ ਧਰਨਾ ਹੈ ਕਦੋਂ ਜਾਰੀ ਰਹੇਗਾ ਤੁਹਾਡਾ ਜਦੋਂ ਤੱਕ ਸਾਡੇ ਬੱਚੇ ਨਹੀਂ ਮਿਲਦੇ ਸਾਡਾ ਧਰਨਾ ਜਾਰੀ ਰਹਿਣਾ ਇਹ ਤਾਂ ਪੱਕਾ ਹੈ ਕਿਹੜੀ ਰੋਡ ਪੈਂਦੀ ਹੈ ਕਿਹੜੀ ਰੋਡ ਹੈ ਇਹ ਪਟਿਆਲਾ ਟੂ ਰਾਜਪੁਰਾ ਮੇਨ ਹਾਈਵੇ ਰੋਡ ਹੈ ਚੰਡੀਗੜ੍ਹ ਪਟਿਆਲਾ ਚੰਡੀਗੜ੍ਹ ਹਾਂਜੀ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਕੋਈ ਅਗਵਾ ਕਰਕੇ ਲੈ ਗਿਆ ਪੁਲਿਸ ਨੇ ਧਾਰਾ 365 ਦੇ ਤਹਿਤ ਕੇਸ ਦਰਜ ਕਰ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ You are watching Channel Y, a South Asian Canadian channel.